ਲੀ ਫੈਮਿਲੀ ਆ ਲੀ ਫੈਮਿਲੀ, ਜੋ ਕਿ ਚਾਈਨਾ ਦੀ ਹੀ ਇੱਕ ਫੈਮਿਲੀ ਹੈ। ਚਾਈਨਾ ਅਤੇ ਅਮਰੀਕਾ ਉੱਤੋਂ ਉੱਤੋਂ ਦੁਸ਼ਮਣ ਲੱਗਦੇ ਹਨ, ਪਰ ਅੰਦਰ ਖਾਤੇ ਸਭ ਇੱਕ ਹੀ ਹਨ। ਲੀ ਫੈਮਿਲੀ, ਰੋਸਚਾਈਲਡ ਫੈਮਿਲੀ ਅਤੇ ਰੋਕਰਫੈਲਰ ਫੈਮਿਲੀ ਵੀ ਬਹੁਤ ਵਧੀਆ ਮਿੱਤਰ ਹਨ। ਮੰਨਿਆ ਇਹ ਜਾਂਦਾ ਹੈ ਕਿ ਇਹ ਫੈਮਿਲੀ ਹਾਂਗਕਾਂਗ ਵਿੱਚ ਰਹਿੰਦੀ ਆ। ਇਹ ਫੈਮਿਲੀ ਕੋਲ ਹੱਦੋਂ ਵੱਧ ਕੇ ਪੈਸਾ ਹੈ ਅਤੇ ਉੱਥੋਂ ਦੇ ਸਾਰੇ ਬੈਂਕ ਇਹੀ ਔਨ ਕਰਦੀ ਆ। ਚਾਈਨਾ ਵਿੱਚ ਜਦੋਂ ਵੀ ਕੋਈ ਫੈਸਲਾ ਹੁੰਦਾ, ਉੱਥੋਂ ਦੀ ਇੱਕ 7 ਮੈਂਬਰਾਂ ਦੀ ਟੀਮ ਬਹਿੰਦੀ ਆ ਅਤੇ ਉਹਨਾਂ 7 ਜਾਣਿਆਂ ਵਿੱਚੋਂ 2 ਮੈਂਬਰ ਇਸ ਲੀ ਪਰਿਵਾਰ ਦੇ ਹੁੰਦੇ ਹਨ। ਈਸਟ ਏਸ਼ੀਆ ਬੈਂਕ, ਜੋ ਕਿ ਹਾਂਗਕਾਂਗ ਦਾ ਸਭ ਤੋਂ ਵੱਡਾ ਬੈਂਕ ਹੈ, ਉਸ ਨੂੰ ਇਹੀ ਪਰਿਵਾਰ ਚਲਾਉਂਦਾ ਹੈ। ਇਕੱਲੀ ਬੈਂਕਿੰਗ ਵਿੱਚ ਹੀ ਨਹੀਂ, ਬਲਕਿ ਹਾਂਗਕਾਂਗ ਜੁਡੀਸ਼ਰੀ, ਹਾਂਗਕਾਂਗ ਗਵਰਨਮੈਂਟ ਅਤੇ ਹਾਂਗਕਾਂਗ ਲੈਜਿਸਲੇਟਿਵ ਵਿੱਚ ਵੀ ਇਹ ਪਰਿਵਾਰ ਬਹੁਤ ਵਧੀਆ ਪੋਜੀਸ਼ਨਸ 'ਤੇ